ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਜੇਲ੍ਹਾਂ ਦੇ ਵਿੱਚ ਜੋ ਕੁਝ ਹੋ ਰਿਹਾ, ਮੈਂ ਖੁਦ ਇਹਦੇ ਤੇ ਹੈਰਾਨ ਹਾਂ ਵੀ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਇਵੇਂ ਸਾਹਮਣੇ ਆ ਰਹੀਆਂ ਜਿਵੇਂ ਕੋਈ ਸਟੂਡੀਓ ਬਣਿਆ ਹੋਵੇ ਜੇਲ੍ਹ ਦੇ ਵਿੱਚ। ਪਹਿਲੀ ਇੰਟਰਵਿਊ ਦਾ ਰੌਲਾ ਪਿਆ ਹੋਇਆ ਤੇ ਅੱਜ ਇੱਕ ਨਵੀਂ ਇੰਟਰਵਿਊ ਆ ਗਈ ਹੈ। ਜਿਹੜੀ ਪਹਿਲੀ ਇੰਟਰਵਿਊ ਆਈ ਸੀਗੀ ਉਹਦੇ ਵਿੱਚ ਜਿਹੜਾ ਇਹ ਲਾਰਸ ਬਿਸ਼ਨੋਈ ਆ, ਇਹਦੀ ਦਾੜੀ ਵਧੀ ਹੋਈ ਆ, ਇਹਦੇ ਵਾਲ ਵਧੇ ਹੋਏ ਆ, ਇਹਦੀਆਂ ਮੁੱਛਾਂ ਵਧੀਆਂ ਹੋਈਆਂ। ਕਿਉਂਕਿ ਜਿਹੜੀ ਅੱਜ ਇੰਟਰਵਿਊ ਆਈ ਆ, ਨਵੀਂ ਇੰਟਰਵਿਊ ਆਈ ਆ ਜਿਹੜੀ, ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਦਾੜੀ ਵੀ ਛੋਟੀ ਛੋਟੀ ਆ, ਉਹਦੇ ਵਾਲ ਵੀ ਛੋਟੇ ਛੋਟੇ ਆ, ਤੇ ਉਹਦੇ ਸ਼ਰਟ ਆ ਜਿਹੜੀ ਉਹ ਹੀ ਪਾਈ ਹੋਈ ਆ, ਜਿਹਦੇ ਬਾਰੇ ਗੱਲ ਕਹੀ ਸੀ ਕਿ ਪਾਈ ਹੈ ਤਾਂ ਸ਼ਰਟ ਬੈਰਕ ਦੇ ਵਿੱਚੋਂ ਮਿਲੀ ਸੀਗੀ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਜੇਲ੍ਹਾਂ ਦੇ ਵਿੱਚ ਜੋ ਕੁਝ ਹੋ ਰਿਹਾ, ਮੈਂ ਖੁਦ ਇਹਦੇ ਤੇ ਹੈਰਾਨ ਹਾਂ ਵੀ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਇਵੇਂ ਸਾਹਮਣੇ ਆ ਰਹੀਆਂ ਜਿਵੇਂ ਕੋਈ ਸਟੂਡੀਓ ਬਣਿਆ ਹੋਵੇ ਜੇਲ੍ਹ ਦੇ ਵਿੱਚ, ਜਿਵੇਂ ਕੋਈ ਐਂਕਰ ਹੁੰਦਾ ਨਾ, ਜਿਵੇਂ ਆਪਾਂ ਕਹਿ ਰਹੀਏ ਵੀ ਭਾਈ ਫਰੈਂਡਸ ਟੀਵੀ ਦਾ ਇੱਕ ਜਿਹੜਾ ਸਟੂਡੀਓ ਬਣਾਇਆ ਸੀ ਫਰੈਂਡਸ ਫਰਨੀਚਰ ਮਾਲ ਤੇ, ਤੇ ਉਹਦੇ ਵਿੱਚੋਂ ਜਿਵੇਂ ਕੋਈ ਹੁੰਦੀ ਆ ਇੰਟਰਵਿਊ, ਤੇ ਇਹ ਉਸ ਰੂਪ ਦੇ ਵਿੱਚ ਆ ਜਿਵੇਂ ਕੋਈ ਡਰ ਡੁੱਕਰ ਹੀ ਨੀਗਾ। ਪਹਿਲੀ ਇੰਟਰਵਿਊ ਦਾ ਰੌਲਾ ਪਿਆ ਹੋਇਆ ਤੇ ਅੱਜ ਇੱਕ ਨਵੀਂ ਇੰਟਰਵਿਊ ਆ ਗਈ ਹੈ। ਜਿਹੜੀ ਪਹਿਲੀ ਇੰਟਰਵਿਊ ਆਈ ਸੀਗੀ ਉਹਦੇ ਵਿੱਚ ਜਿਹੜਾ ਇਹ ਲਾਰਸ ਬਿਸ਼ਨੋਈ ਆ, ਇਹਦੀ ਦਾੜੀ ਵਧੀ ਹੋਈ ਆ, ਇਹਦੇ ਵਾਲ ਵਧੇ ਹੋਏ ਆ, ਇਹਦੀਆਂ ਮੁੱਛਾਂ ਵਧੀਆਂ ਹੋਈਆਂ। ਪੰਜਾਬ ਦੇ ਡੀਜੀਪੀ ਸਾਹਿਬ ਨੇ ਗੱਲ ਕਹੀ ਸੀ, ਗੌਰਵ ਯਾਦਵ ਨੇ, ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਇਹ ਭਾਈ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਇੰਟਰਵਿਊ ਨਹੀਂ ਆ। ਕਾਰਨ ਇਹ ਉਹਨਾਂ ਨੇ ਕਿਹਾ ਜੀ ਕਿ ਦੇਖੋ ਹੁਣ ਤਾਂ ਉਹਦੀ ਦਾੜੀ ਵੱਡੀ ਹੈ ਨੀ, ਹੁਣ ਤਾਂ ਉਹਦੇ ਵਾਲ ਛੋਟੇ ਛੋਟੇ ਆ, ਹੁਣ ਤਾਂ ਉਹਦੇ ਪਿਛਲੇ ਲੰਮੇ ਸਮੇਂ ਤੋਂ ਦਾੜੀ ਛੋਟੀ ਛੋਟੀ ਆ, ਉਹਦੀ ਜਿਹੜੀ ਪੀਲੀ ਸ਼ਰਟ ਆ ਉਹਦੀ ਉਹ ਕਦੇ ਵੀ ਸਾਨੂੰ ਬੈਰਕ ਦੇ ਵਿੱਚੋਂ ਨਹੀਂ ਮਿਲੀ। ਉਹ ਕਹਿੰਦੇ ਵੀ ਉਹ ਪੀਲੀ ਸ਼ਰਟ ਪਾ ਕੇ ਇੰਟਰਵਿਊ ਦੇ ਰਿਹਾ, ਸਾਡੇ ਤਾਂ ਇੱਥੇ ਪੀਲੀ ਸ਼ਰਟ ਮਿਲੀ ਨੀਗੀ, ਪਰ ਅੱਜ ਇਹਨਾਂ ਸਾਰੇ ਦਾਨਾਂ ਦੀ ਪੋਲ ਉਹਨੇ ਖੋਲਤੀ ਆ। ਕਿਉਂਕਿ ਜਿਹੜੀ ਅੱਜ ਇੰਟਰਵਿਊ ਆਈ ਆ, ਨਵੀਂ ਇੰਟਰਵਿਊ ਆਈ ਆ ਜਿਹੜੀ, ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਦਾੜੀ ਵੀ ਛੋਟੀ ਛੋਟੀ ਆ, ਉਹਦੇ ਵਾਲ ਵੀ ਛੋਟੇ ਛੋਟੇ ਆ, ਤੇ ਉਹਦੇ ਸ਼ਰਟ ਆ ਜਿਹੜੀ ਉਹ ਹੀ ਪਾਈ ਹੋਈ ਆ, ਜਿਹਦੇ ਬਾਰੇ ਗੱਲ ਕਹੀ ਸੀ ਕਿ ਭਾਈ ਇਹ ਤਾਂ ਸ਼ਰਟ ਬੈਰਕ ਦੇ ਵਿੱਚੋਂ ਮਿਲੀ ਸੀਗੀ। ਸੋ ਹੱਸ ਹੱਸ ਕੇ ਇੰਟਰਵਿਊ ਲਾਰੈਂਸ ਬਿਸ਼ਨੋਈ ਨੇ ਦਿੱਤੀ ਆ। ਉਹਨੇ ਉਸੇ ਔਰੰਜ ਰੰਗ ਦੀ ਟੀ ਸ਼ਰਟ ਤੇ ਨਵੀਂ ਲੁੱਕ ਦੇ ਵਿੱਚ ਨਜ਼ਰ ਆਇਆ ਛੋਟੇ ਵਾਲਾਂ ਦੇ ਵਿੱਚ। 16 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਡੀਜੀਪੀ ਸਾਹਿਬ ਨੇ ਗੱਲ ਕਹੀ ਸੀ ਕਿ ਭਾਈ ਲਾਰੈਂਸ ਦੀ ਜਿਹੜੀ ਆ ਇਹ ਇੰਟਰਵਿਊ ਬਠਿੰਡੇ ਦੀ ਜੇਲ੍ਹ ਦੀ ਨਹੀਂ ਆ, ਪਰ ਅੱਜ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਕਹੀ ਆ। ਉਹ ਕਹਿੰਦਾ ਜੀ ਕਿ ਜੇਲ੍ਹ ਦੇ ਵਿੱਚੋਂ ਆਰਾਮ ਦੇ ਨਾਲ ਫੋਨ ਮਿਲ ਜਾਂਦਾ, ਮੋਬਾਈਲ ਮਿਲ ਜਾਂਦਾ। ਉਹਨੇ ਹੱਸ ਕੇ ਗੱਲ ਕਹੀ ਆ ਤੇ ਨਾਲ ਹੀ ਜੇਲ੍ਹ ਦੇ ਵਿੱਚ ਆਪਦੀ ਬੈਰਕ ਵੀ ਦਿਖਾਈ ਹੈ ਇੰਟਰਵਿਊ ਦੇ ਮੌਕੇ। ਤੇ ਲਾਰੈਂਸ ਨੇ ਗੱਲ ਕਹੀ ਆ ਕਿ ਭਾਈ ਮੇਰੀ ਜ਼ਿੰਦਗੀ ਦਾ ਇਕਲੌਤਾ ਮਕਸਦ ਹੁਣ ਹੈਗਾ ਸਲਮਾਨ ਖਾਨ ਨੂੰ ਮਾਰਨਾ, ਜਾਂ ਤਾਂ ਉਹ ਮਾਫ਼ੀ ਮੰਗ ਲਵੇ ਤੇ ਜਾਂ ਫਿਰ ਅਸੀਂ ਸਲਮਾਨ ਖਾਨ ਨੂੰ ਮਾਰਨਾ। ਕਿਉਂਕਿ ਉਹਨੇ ਹਿਰਨ ਦਾ ਸ਼ਿਕਾਰ ਕਰਕੇ ਬਿਸ਼ਨੋਈ ਸਮਾਜ ਨੂੰ ਨੀਵਾਂ ਦਿਖਾਇਆ, ਤੇ ਲਾਰੈਂਸ ਨੇ ਗੱਲ ਕਹੀ ਹੈ ਕਿ ਸਾਡਾ ਸਮਾਜ ਹਿਰਨ ਦਾ ਕੋਈ ਨੁਕਸਾਨ ਨਹੀਂ ਕਰਦਾ, ਉਹਨੂੰ ਪਾਲਦਾ। ਸਲਮਾਨ ਨੇ ਹਿਰਨ ਦਾ ਸ਼ਿਕਾਰ ਕੀਤਾ ਤੇ ਸਾਡੇ ਪੂਰੇ ਸਮਾਜ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰੀ ਆ। ਸੋ ਉਹਨੇ ਇਹ ਵੀ ਗੱਲ ਕਹੀ ਹੈ ਵੀ ਭਾਈ ਗੱਲ ਇਹ ਵੀ ਜੱਗੂ ਭਗਵਾਨਪੁਰ ਜੀ ਦੇ ਨਾਲ ਸਾਡੀ ਜਿਹੜੀ ਆ ਕਿਉਂਕਿ ਉਹ ਪੁਲਿਸ ਨੂੰ ਮੁਖਬਰੀਆਂ ਕਰਦਾ ਰਹਿੰਦਾ ਸੀ, ਸੋ ਇਸ ਕਰਕੇ ਸਾਡੀ ਉਹਨਾਂ ਦੇ ਨਾਲ ਵਿਗੜੀ ਹੈਗੀ ਆ। ਸੋ ਇਹ ਇੰਟਰਵਿਊ ਇਸ ਕਰਕੇ ਸਭ ਤੋਂ ਵੱਡੀ ਤੇ ਸਭ ਤੋਂ ਮਹੱਤਵਪੂਰਨ ਆ, ਕਿਉਂਕਿ ਜਿਹੜੇ ਵੇਲੇ ਡੀਜੀਪੀ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਭਾਈ ਬਠਿੰਡੇ ਵਾਲੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਹੀ ਨਹੀਂ ਸਕਦੀਗੀ, ਇੱਥੇ ਜੈਮਰ ਲੱਗੇ ਹੋਏ ਆ, ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਆ, ਉਹਦੀ ਦਾੜੀ ਛੋਟੀ ਆ, ਉਹਦੇ ਵਾਲ ਛੋਟੇ ਆ, ਉਹ ਤਾਂ ਇੱਥੇ ਲੁੱਕ ਹੈ ਹੀ ਨੀਗੀ ਜਿਹੜੀ ਇਸ ਵੇਲੇ ਹੈਗਾ ਸਾਡੀ ਜੇਲ੍ਹ ਦੇ ਵਿੱਚ ਅੱਜ ਉਸੇ ਲੁੱਕ ਦੇ ਵਿੱਚ। ਕਿਉਂਕਿ ਕੱਲ ਡੀਜੀਪੀ ਸਾਹਿਬ ਨੇ 3 ਫੋਟੋਆਂ ਜਾਰੀ ਕੀਤੀਆਂ ਸੀ, ਜਿਹੜੀਆਂ 3 ਫੋਟੋ ਜਾਰੀ ਕੀਤੀਆਂ ਵੀ ਭਾਈ ਸਾਡੇ ਕੋਲ ਤਾਂ ਇਸ ਲੁੱਕ ਦੇ ਵਿੱਚ ਆ, ਅੱਜ ਉਸੇ ਲੁੱਕ ਦੇ ਵਿੱਚ ਉਹਦੀ ਨਵੀਂ ਇੰਟਰਵਿਊ ਆਈ ਆ। ਸੋ ਪੰਜਾਬ ਦੀਆਂ ਜੇਲ੍ਹਾਂ ਦੇ ਬਾਰੇ ਹੁਣ ਕੀ ਕਹੀਏ ਬਾਈ ਜੀ? ਬਿਲਕੁਲ ਪੰਜਾਬ ਦੀ ਪੁਲਿਸ ਦੇ ਦਾਅਵਿਆਂ ਦੇ ਉੱਤੇ ਕਾਢਾ ਫੇਰ ਦਿੱਤਾ ਗਿਆ, ਬਿਲਕੁਲ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਚੱਲਦਾ ਕੀ ਆ। ਸੋ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਇਉਂ ਲੱਗਦਾ ਵੀ ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਦੇ ਵੱਲੋਂ, ਤੇ ਸਾਡੇ ਪੁੱਤ ਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਪੁੱਤ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ੍ਰੈਂਡਸ ਫਰਨੀਚਰ ਮਾਲ ਡਾਇਨਿੰਗ ਟੇਬਲ 6 chairs 399 ਏਰੀਆ ਰੱਗ ਫ੍ਰੀ। ਫ੍ਰੈਂਡਸ ਫਰਨੀਚਰ ਮਾਲ ਸੋਫਾ ਸੈਟਸ 40% ਆਫ। ਫ੍ਰੈਂਡਸ ਫਰਨੀਚਰ ਮਾਲ ਮਾਈਕਲ ਮਿੰਨੀ ਬੈਡਰੂਮ ਸੈੱਟ ਮਾਰਕਡ 50% ਆਫ। ਫ੍ਰੈਂਡਸ ਫਰਨੀਚਰ ਮਾਲ ਮਾਈਕਲ ਮਿੰਨੀ ਸੈੱਟ 40% ਆਫ।